ਔਰ ਜੀ ਬਾਕੀ ਅਸੀਂ ਬਣਾਇਆ ਕਾਹਵਾ, ਉਹ ਵੀ ਸਬਜ਼ ਚਾਹੇ ਸਬਜ਼ ਕਾਹਵਾ ਬਣਾਇਆ ਹੈਗਾ ਤੇ ਉਹ ਅਸੀਂ ਖਾ ਰਹੇ ਹੈਗੇ ਆ ਤੇ ਖਾ ਕੇ ਫਿਰ ਨਿਕਲਾਂਗੇ। ਤੁਸੀਂ ਖਾ ਲਓ, ਬਿਸਕਟ ਵੀ ਹੈ। ਹਾਂਜੀ ਤੁਸੀਂ ਵੀ ਖਾਣਾ ਤੇ ਮਤਲਬ ਹੈ ਨਾ, ਆ ਜਾਓ। ਬਿਸਕਟ ਵੀ ਸਪੈਸ਼ਲ ਜਿਹੜੇ ਅੱਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕੁਮ, ਕੀ ਹਾਲ ਮੇ ਤਮਾਮ ਭੈਣਾਂ ਭਾਈਆਂ, ਠੀਕ ਠਾਕ ਹੋ ਤੇ? ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ ਜੀ। ਮਾਸ਼ਾਅੱਲਾ, ਬਹੁਤ ਜ਼ਿਆਦਾ ਵੱਡੀ ਖੁਸ਼ਖਬਰੀ ਹੈਗੀ ਤਮਾਮ ਭੈਣਾਂ ਭਾਈਆਂ ਵੇਖਣ ਵਾਲੇ ਵਾਸਤੇ, ਕਿਉਂਕਿ ਅੱਜ ਆਪਾਂ ਚੱਲੇ ਹਾਂ ਅੱਬੂ ਜੀ ਵੱਲੇ ਵਲੋਗ ਬਣਾ ਕੇ, ਠੀਕ ਹੈ ਨਾ? ਤੇ ਚੱਲੇ ਹਾਂ ਅੱਬੂ ਜੀ ਨਾਲ, ਪਿਆਰ ਭਰੀਆਂ ਮੁਹੱਬਤ ਭਰੀਆਂ ਗੱਲਾਂ ਕਰਾਂਗੇ ਤੇ ਫਿਰ ਇਨਸ਼ਾਅੱਲਾ ਨਾ ਅੱਬੂ ਨੂੰ ਟਾਈਮ ਦੇਵਾਂਗੇ 2-3 ਘੰਟੇ, ਕਿਉਂਕਿ ਅੱਗੇ ਪਿੱਛੇ ਮਤਲਬ ਜਾਈਦਾ ਨਾ ਸਮ ਤੇ 15-20 ਮਿੰਟ ਜਾਂ 10 ਮਿੰਟ ਠਹਿਰੀਦਾ, ਵਲੋਗ ਵੀ ਨਹੀਂ ਬਣਾਈਦਾ। ਹਕੀਕਤ ਗਰਮੀ ਹੁੰਦੀ ਹੈ ਔਰ ਚਾਲ ਤੁਹਾਨੂੰ ਪਤਾ ਜਿਵੇਂ ਮਸਰੂਫੀਅਤ ਹੁੰਦੀ ਹੈ, ਜਦੋਂ ਮਤਲਬ ਸ਼ਹਿਰ ਜਾਈਦਾ ਜਾਂ ਮਤਲਬ ਅੱਗੇ ਪਿੱਛੇ ਪਿੰਡ ਕਿਧਰੇ ਕੰਮ ਜਾਈਦਾ ਤੇ ਵਾਪਸੀ ਤੇ ਅੱਬੂ ਕੋਲ ਸਟੇ ਕਰਕੇ ਤੇ ਫਿਰ ਦਸਤੀ ਉਰਾਂ ਆ ਜਾਈਦਾ, ਵਲੋਗ ਨਹੀਂ ਬਣਾਈਦਾ। ਤੇ ਅੱਜ ਮੇਰਾ ਦਿਲ ਕੀਤਾ ਹੈ ਕਿ ਅੱਬੂ ਜੀ ਨਾਲ ਚੱਲ ਕੇ ਗੱਲਾਂ ਸ਼ੇਅਰ ਕਰੀਏ ਤੇ ਤੁਹਾਨੂੰ ਵੀ ਸੁਣਾਈਏ, ਕਿਉਂਕਿ ਇੱਕ ਗੱਪਸ਼ਪ ਹੋਣੀ ਚਾਹੀਦੀ ਹੈ ਜ਼ਰੂਰ। ਤੇ ਚੱਲਣੇ ਆ ਅੱਬੂ ਜੀ ਵੱਲ ਜੀ। ਇੱਥੋਂ ਪਿੰਡੋਂ ਨਿਕਲ ਪਿਆ ਤੇ ਇਨਸ਼ਾਅੱਲਾ ਪਹੁੰਚਣੇ ਆ। ਕਾਫੀ ਦਿਨਾਂ ਬਾਅਦ ਰੋਡ ਦਾ ਵਿਜ਼ਿਟ ਕਰਾ ਰਹੇ ਹਾਂ ਵੇਖਣ ਵਾਲੇ ਭੈਣਾਂ ਭਾਈਆਂ ਔਰ ਦੋਸਤਾਂ ਨੂੰ। ਦਰਖਤਾਂ ਦੀ ਕਟਾਈ ਹੋਈ ਵੀ ਅਸਾਂ ਨਾ ਨਾ, ਹਾਂ ਕਿਤਨਾ ਸੋਹਣਾ ਡਿਜ਼ਾਇਨ ਹੈਗਾ ਦੇਖੀ ਇਹੋ ਜਿਹਾ। ਅੱਬੂ ਜੀ ਤੋਰੀਆਂ ਨੂੰ ਪਾਣੀ ਦੇ ਰਹੇ ਹੈਗੇ ਨੇ। ਦਰਖਤਾਂ ਦੀ ਕਟਾਈ ਆ, ਛੋਟੇ ਨੇ ਇਹਨਾਂ ਦੀ ਕੋਈ ਨਹੀਂ ਹੋਈ ਕਟਾਈ, ਉਹ ਪਿਛਲੇ ਜਿਹੇ ਸਾਡੇ ਜਿਹਾ ਸੀ ਨਾ ਅੱਗੇ ਸੀ ਇਸ ਤਰ੍ਹਾਂ ਹੀ। ਦਾਦਾ ਜੀ ਤਾਂ ਕਦੀ ਨਹੀਂ ਕਟਾਈ ਕਰਨ ਦਿੰਦੇ ਨਾ, ਇਹਦੇ ਉੱਤੇ ਤੋਰੀਆਂ ਹੈਗੀਆਂ ਨੇ। ਹਾਂ ਦੇਖ ਮਾਸ਼ਾਅੱਲਾ ਕਿਤਨੇ ਪਿਆਰੇ ਆ ਸਨ ਫੁੱਲ, ਅੱਜ ਆਪਾਂ ਦੁਪਹਿਰੀ ਆਇਆ ਤੇ ਫੁੱਲ ਦੇਖ ਮਾਸ਼ਾਅੱਲਾ ਥੋੜੇ ਜਿਹੇ ਹੈਗੇ ਸੀ ਚੂਜਾ ਦੇ ਸੋਹਰੇ ਆਨੇ। ਉਸ ਦੇ ਵਾਪਸੀ ਤੇ ਮੈਂ ਤੇ ਦਾਦੇ ਨੂੰ ਦੇ ਕੇ ਚਲਾ ਗਿਆ ਤੇ ਹਾਈ ਤੇ ਤਕਰੀਬਨ ਹੈ ਕੋਈ ਸਰਦੀਆਂ ਚ ਲਾਇਆ ਸੀ। ਹਾਂ ਦੇ ਅੱਲਾ ਬਾਅਦ ਮਾਸ਼ਾਅੱਲਾ ਦੇਖੋ 5-6 ਮਹੀਨੇ ਬਾਅਦ ਚੀਜ਼ ਲੱਗੀ ਹੋਵੇ ਤੇ ਮਾਸ਼ਾਅੱਲਾ ਜਿਹੜਾ ਨਾ ਉਹ ਹੀ ਜਾਂਦੀ ਹੈਗੀ। ਬਸ ਉਹ ਕਹਿੰਦੇ ਨੇ ਕੇਅਰ ਦੀ ਜ਼ਰੂਰਤ ਹੁੰਦੀ। ਇਹ ਦੇਖੋ ਵਿੱਚ ਹੋਰ ਕਲਰ ਦੇ ਹੈਗੇ ਨੇ ਨਾ, ਬੜਾ ਪਿਆਰਾ ਕਲਰ ਹੈਗਾ, ਫਿੱਕਾ ਕਲਰ ਹੈ, ਬੜਾ ਪਿਆਰਾ ਕਲਰ ਹੈ। ਸਾਰੇ ਫੁੱਲ ਖਿਲਣਗੇ ਟੋਟਲ, ਚੰਗੀ ਨਸਲ ਹੈਗੀ ਵੈਸੇ ਹੈ ਨਾ। ਇਹ ਜਿਵੇਂ ਬੰਦਾ ਪੱਟ ਕੇ ਲੈ ਜਾਂਦਾ 2-3 ਲੜੀਆਂ ਜੀਆਂ ਨੂੰ ਉੱਥੇ ਲਾਵਾਂਗੇ। ਹੁਣ ਤਾਂ ਮੈਂ ਅੱਗੇ ਸਾਹਮਣੇ ਆਪਾਂ ਲਾਵਾਂਗੇ ਉੱਥੇ, ਮਤਲਬ ਵਿੱਚ ਪੌਦੇ ਲੱਗਦੇ ਰਹਿਣਗੇ ਤੇ ਥੱਲੇ ਇਹ ਹੋ ਜਾਣਗੀਆਂ। ਆਹ ਦੇਖੋ ਆਹ ਤੋਰੀਆਂ ਲੱਗਣੀਆਂ ਸ਼ੁਰੂ, ਦੁਬਾਰਾ ਲੱਗਣੀਆਂ ਸ਼ੁਰੂ, ਆਹੋ ਦੁਬਾਰਾ ਲੱਗਣੀਆਂ ਸ਼ੁਰੂ ਹੋ ਗਈਆਂ। ਮਾਸ਼ਾਅੱਲਾ ਦੇਖੋ ਇਹ ਬਣ ਰਹੀ ਹੈ ਤੋਰੀ, ਕਿਆ ਬਾਤ ਹੈ। ਹਾਲੇ ਤੱਕ ਅੱਗੇ ਜਿਵੇਂ ਕੋਰਾ ਨਿਕਲ ਰਹੀ ਹੈ, ਅੱਗੇ ਅੱਗੇ ਲੱਗ ਰਹੀਆਂ ਹੈਗੀਆਂ ਨੇ ਦੇਖੋ, ਤੋੜ ਤੀਕ ਉੱਤੇ ਤੱਕ ਚੜੀਆਂ। ਆਹੋ ਕਿਆ ਬਾਤ ਹੈ ਦਾਦਾ, ਠੀਕ ਹੈ ਸੰਤ ਮੇਰੀ ਦਵਾਈ ਲੈ ਕੇ ਆਏ ਤੇ ਅਸੀਂ ਫਿਰ ਅੱਬੂ ਤੇ ਮੈਂ ਬਹਿਨੇ ਹੈਗੇ ਹਾਂ, ਵਾਪਸੀ ਤੇ ਫਿਰ ਚਲੇ ਜਾਵਾਂਗੇ ਇਨਸ਼ਾਅੱਲਾ। ਦਵਾਈ ਲੈਣ ਚੱਲੇ ਨਹੀਂ ਅਸਾਂ, ਮੇਰੇ ਵਾਸਤੇ ਦਵਾਈ ਲੈਣ ਚੱਲਿਆ ਨੇ, ਬੁਖਾਰ ਜਿਹਾ ਹੈਗਾ ਉਹਦੇ ਵਾਸਤੇ। ਫਿਰ ਜੀ ਅਸਲਾਮ ਅਲੈਕੁਮ ਜੰਨਾ ਹਾਜੀ ਸਾਹਿਬ। ਹਾਂਜੀ ਹਾਂਜੀ ਹਾਂਜੀ, ਮਾਲੀ ਦਾ ਕੰਮ ਪਾਣੀ ਦੇਣਾ
ਤੇ ਹਾਂ ਬਿਲਕੁਲ ਜੀ, ਅੱਲਾ ਪਾਕ ਜਿਹੜਾ ਨਾ ਫਿਰ ਰੰਗ ਲੈਂਦਾ ਬੇਸ਼ੱਕ। ਲਓ ਜੀ ਕੋੜਾ ਫੜਿਆ ਗਿਆ, ਚੱਲ ਜਾਣ ਦੇ ਜਾਣ ਦੇ ਜਾਣ ਦੇ, ਨਹੀਂ ਟਿੱਡੀ ਦਿਲ ਨਹੀਂ ਹੈਗੀ ਹੋਰ ਆਉਂਦਾ ਹੈਗਾ। ਹਾਂ ਮਾਸ਼ਾਅੱਲਾ ਕਿਉਂ ਕਹਿੰਦੀ ਹੁਣ ਜੜ ਅੱਬੂ ਜੀ ਚੱਲ ਗਈ ਹੈ ਨਾ, ਇਹ ਛਾਂ ਬੜੀ ਪਿਆਰੀ ਬਣੇਗੀ ਇਹਦੀ। ਹਾਂ ਮਾਸ਼ਾਅੱਲਾ ਨਾ ਸਾਇਆ ਇਹਦਾ ਅੱਬੂ ਜੀ ਬੜਾ ਪਿਆਰਾ ਬਣੇਗਾ ਇੱਥੇ ਸਾਰਾ ਟੋਟਲ। ਹਾਂ ਛੋਟੀ ਜੀ ਹੈਗੀ ਸੀ, ਹਾਂਜੀ ਹਾਂਜੀ ਤੋਹਫਾ ਬਾਈ ਸਹੀ ਹੈ ਬਾਈ, ਇਨਸ਼ਾਅੱਲਾ ਇਨਸ਼ਾਅੱਲਾ ਬਿਲਕੁਲ ਬਾਲਟੀ ਅੰਦਰ ਲੈ ਕੇ ਆਇਆ, ਬਾਲਟੀ ਭਰ ਕੇ ਦਿੱਤੀ ਤੇ ਅੱਬੂ ਕਹਿੰਦਾ ਮੈਂ ਆਪ ਹੀ ਚੱਕ ਕੇ ਲੈ ਚੱਲਣਾ, ਤੇ ਅੱਬੂ ਜੀ ਲੈ ਗਏ ਨੇ ਬਾਹਰ ਜਿਹੜੀਆਂ ਤੋਰੀਆਂ ਰਹਿੰਦੀਆਂ ਸੀ ਨਾ ਦੋ ਤਿੰਨ, ਉਹਨਾਂ ਨੂੰ ਦੇਣ ਵਾਸਤੇ। ਤੁਹਾਨੂੰ ਦਿਖਾ ਦਈਏ ਪਰਲੀ ਸਾਈਡ ਤੇ ਵੀ ਬਾਗ ਲਾਇਆ ਅੱਬੂ ਜੀ ਨੇ, ਉਹ ਉੱਥੇ ਮਾਸ਼ਾਅੱਲਾ ਬੜੀਆਂ ਪਿਆਰੀਆਂ, ਥੋੜੀਆਂ ਜਿਹੀਆਂ ਵੱਲਾਂ ਹੈਗੀਆਂ ਨੇ ਲੇਕਿਨ ਬਹੁਤ ਪਿਆਰੀ ਲੱਗਦੀਆਂ ਹੈਗੀਆਂ ਨੇ, ਬੜੀਆਂ ਹੀ ਪਿਆਰੀਆਂ। ਤੇ ਦੇਖੋ ਥੱਲੇ ਰੈਂਪ ਵੀ ਬਣਿਆ ਹੋਇਆ ਥੱਲੇ ਉਤਰਨ ਵਾਸਤੇ। ਅੱਲਾਹੁ ਅਕਬਰ ਐਸੇ ਅੱਬੂ ਪਾਣੀ ਲਾਉਣਾ ਹੈ ਤਾਂ ਮਾਸ਼ਾਅੱਲਾ ਲੱਗਦੀਆਂ ਪਈਆਂ ਨੇ, ਹੈ ਕਿ ਨਹੀਂ? ਹਾਂ ਦੇਖੋ ਅੱਬੂ ਜੀ ਇਹ ਪਹਿਲੇ ਲਾਇਆ ਅੱਬੂ ਜੀ ਨੇ ਸਾਰੀਆਂ ਨੂੰ, ਹੁਣ ਲਾਇਆ। ਹਾਂ ਮਾਸ਼ਾਅੱਲਾ ਬਹੁਤ ਜ਼ਿਆਦਾ, ਇਹ ਦੇਖੋ ਤਦੇ ਅੱਬੂ ਜੀ ਪਾਣੀ ਦੇ ਰਿਹਾ ਹੈਗਾ ਖੁਸ਼ ਹੋ ਕੇ। ਦੇਖੋ ਨਾ ਤੋਰੀਆਂ ਕਿਤਨੀਆਂ ਮਾਸ਼ਾਅੱਲਾ ਕਿ ਸਾਰਾ ਤਾਦਾਦ ਨਾਲ ਲੱਗ ਰਹੀਆਂ ਹੈਗੀਆਂ ਨੇ, ਦੇਖੋ ਜੋੜਾ ਜੋੜਾ। ਹਾਂ ਜੋੜਾ 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 ਜੋੜਾ, ਹਾਂਜੀ ਅੱਬੂ ਜੀ ਉੱਤੇ ਫਲ ਜ਼ਿਆਦਾ ਲੈ ਰਹੀਆਂ ਨੇ, ਹੈ ਕਿ ਨਹੀਂ? ਹਾਂ ਫੁੱਟ ਗਈਆਂ ਹੈਗੀਆਂ ਦੁਬਾਰੇ ਮਾਸ਼ਾਅੱਲਾ। ਇਹ ਨਸਲ ਵੀ ਠੀਕ ਹੈ, ਦੇਖੋ ਨਾ ਇੱਕ ਇੱਕ ਵੱਲ ਨਾਲ ਚਾਰ ਚਾਰ ਹੈ, ਦੇਖੋ ਦੋ ਤੇ ਦੋ ਚਾਰ ਮਾਸ਼ਾਅੱਲਾ। ਹਾਂਜੀ ਹਾਂ ਖਾਦ ਦਿੱਤੀ ਅੱਬੂ ਜੀ ਨੇ, ਚੁੱਕ ਕੀਤੀ ਹੈਗੀ ਔਰ ਮਾਸ਼ਾਅੱਲਾ ਹੁਣ ਭੰਗਰਨਗੀਆਂ ਵੇਖ ਲਾ ਅੱਬੂ ਜੀ, ਦਸ ਬਾਰਾਂ ਵੱਲਾਂ ਬਿਹਤਰੀਨ ਹੋ ਗਿਆ, ਬਿਹਤਰੀਨ ਹੋ ਗਿਆ ਅੱਬੂ ਜੀ, ਬਿਹਤਰੀਨ ਹੋ ਗਿਆ। ਔਰ ਇੱਥੋਂ ਅੱਬੂ ਜੀ ਦਾ ਮਕਾਨ ਕਿਵੇਂ ਨੀਵਾਂ ਲੱਗਦਾ ਹੈਗਾ ਬਿਲਕੁਲ ਹੀ, ਕਿਉਂਕਿ ਇਹ ਥੱਲੇ ਮਤਲਬ ਨਾ ਬਰਫੀ ਬਹੁਤ ਜ਼ਿਆਦਾ ਪਾਈ ਹੈਗੀ। ਹਾਂ ਥੱਲੇ ਬਰਫੀ ਬਹੁਤ ਪਈ ਹੈਗੀ ਇਹਦੀ, ਕਿਉਂਕਿ ਆਹ ਦੇਖੋ ਨੇ ਇੰਨੀ ਮਤਲਬ ਥੱਲੇ ਡੂੰਘੀ ਹੈਗੀ ਸੀ ਜਿਤਨੀ ਬਰਫੀ ਦੇਈ ਹੈਗੀ। ਆਹੋ ਇਸ ਤਰ੍ਹਾਂ ਹੀ ਅੱਬੂ ਜੀ, ਇਸ ਤਰ੍ਹਾਂ ਕੋਈ ਸ਼ੱਕ ਨਹੀਂ। ਥੱਲੇ ਉਹ ਅੰਡਰ ਪਾਸ ਜਿਹਾ ਥੱਲੇ, ਹਾਂਜੀ ਥੱਲੇ ਗਿਆ 9 ਫੁੱਟ ਮਕਾਨ ਥੱਲੇ ਵਾਕੇ। ਹਾਂ ਥੱਲੇ ਵਾਲਾ ਬਣ ਜਾਂਦਾ ਨਾ ਅੰਦਰ ਖਾਣਾ ਜਿਹਾ, ਤੋਂ ਬੜਾ ਖੂਬਸੂਰਤ ਲੱਗਿਆ। ਬਾਕੀ ਅਸੀਂ ਬਣਾਇਆ ਕਾਹਵਾ, ਉਹ ਵੀ ਸਬਜ਼ ਚਾਹੇ ਸਬਜ਼ ਕਾਹਵਾ ਬਣਾਇਆ ਹੈਗਾ ਤੇ ਉਹ ਅਸੀਂ ਖਾ ਰਹੇ ਹੈਗੇ ਆ ਤੇ ਖਾ ਕੇ ਫਿਰ ਨਿਕਲਾਂਗੇ। ਹਾਂਜੀ ਤੁਸੀਂ ਵੀ ਖਾਣਾ ਤੇ ਮਤਲਬ ਇਹਨਾਂ ਆ ਜਾਓ, ਬਿਸਕਟ ਵੀ ਸਪੈਸ਼ਲ ਜਿਹੜੇ ਨੇ ਨਾਸਨ ਲੈ ਕੇ ਆਉਂਦੇ ਨੇ ਤੇ ਪੈਸੇ ਲੈ ਕੇ ਅੱਬੂ ਨੇ ਜ਼ਿਆਦਤ ਕੀਤੀ, ਅੱਬੂ ਆਪਣੇ ਕੋਲੋਂ ਪੈਸੇ ਦਿੱਤੇ ਨੇ ਫੜਾ ਕੇ ਰੋਕਿਆ ਕਿ ਨਹੀਂ ਮੇਰੇ ਘਰ ਨਹੀਂ ਬੁਲਾਉਣਾ, ਨਾ ਤੇਰੇ ਘਰ ਅੱਗੇ ਅਸੀਂ ਅੱਗੇ ਕਿੰਨੇ ਘਰ ਸੀ ਰਹਿੰਦੇ ਆ, ਮੇਰਾ ਹੀ ਘਰ ਹੈ ਅੱਬੂ ਜੀ। ਸਭ ਕੁਝ ਤੇਰਾ ਅੱਲਾ ਪਾਕ ਦਾ ਤੇਰਾ ਦਿੱਤਾ ਖਾ ਰਹੇ ਹਾਂ ਬਸ, ਦੁਆ ਕੀਤੀ ਕਰ ਇਨਸ਼ਾਅੱਲਾ ਅੱਲਾ ਦਾ ਕਰਾਉਣ ਕੋਲ। ਔਰ ਠੀਕ ਹੈ ਜੀ, ਜਿਹਨੇ ਪੀਣਾ ਹੈ ਸਬਜ਼ ਕਾਹਵਾ ਤੁਸੀਂ ਆ ਜਾਓ ਅਤੇ ਮੈਂ ਪੀ ਲਵਾਂ ਅਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਬਾਕੀ ਜੀ ਚਾਹ ਵੀ ਪੀ ਲਈ ਹੈ, ਬਿਸਕੁਟ ਵੀ ਖਾ ਲੈਣੇ ਅਤੇ ਅੱਬੂ ਜੀ ਨੂੰ ਟਾਈਮ ਵੀ ਕਾਫੀ ਦਿੱਤਾ ਮਾਸ਼ਾਅੱਲਾ ਨਾ, ਕਾਫੀ ਗੱਲਾਂ ਬਾਤਾਂ ਇੱਕ ਦੂਸਰੇ ਨੇ ਕਰਦੇ ਰਹੇ ਹੈਗੇ, 2 ਘੰਟੇ ਪੂਰੇ, ਹਾਲਾਂਕਿ 2-3 ਕੰਮ ਹੀ ਹੈਗੇ ਸੀ, ਹੁਣ ਬਾਲ ਦੇਣ ਤੋਂ ਤਾਂ ਚੰਗੇ ਕੰਮ ਕੋਈ ਨਾ ਹੁੰਦੇ ਮਾਸ਼ਾਅੱਲਾ। ਅਤੇ ਹਾਂ ਬਿਲਕੁਲ ਅੱਬੂ ਜੀ 12 ਦਾ ਟਾਈਮ ਹੋ ਗਿਆ, 12:30 ਦਾ ਹੋ ਗਿਆ, ਕਿਤੇ 10 ਵਜੇ ਅਸੀਂ ਆਏ, 2:30 ਹੋਈ, 2-2.5 ਘੰਟੇ ਮਾਸ਼ਾਅੱਲਾ। ਚਲੋ ਬੜੀ ਬਾਤ ਹੈ ਹਕੀਕਤ ਹੈ, ਮਤਲਬ ਵਾਲਦੈਨ ਨੂੰ ਇੰਨਾ ਟਾਈਮ ਦੇਣਾ ਬੜੀ ਅੱਛੀ ਬਾਤ ਹੈ ਹਕੀਕਤ ਹੈ। ਨਹੀਂ ਅੱਬੂ ਜੀ ਸਾਡੀ ਜਾਨ ਹੀ ਹਾਜ਼ਰ ਤੇਰੇ ਵਾਸਤੇ ਇਨਸ਼ਾਅੱਲਾ, ਤੇ ਅੱਗੇ ਪਿੱਛੇ ਮਤਲਬ ਥੋੜ੍ਹਾ ਟਾਈਮ ਆਈਦਾ ਤਦੇ ਕਰਕੇ ਵਲੋਗ ਨਹੀਂ ਬਣਾਈਦਾ,
ਸਲੇਟ ਆ ਛੋਟਾ ਪੱਖਾ ਲੈ ਲੱਭੂ ਤੂੰ ਛੱਡ ਸਲੇਟ ਛੋਟਾ ਪੱਖਾ ਮੰਮੀ ਦੀਆਂ ਦਵਾਈਆਂ ਤੇਰੀ ਦਾਦੀ ਦੀ ਦਵਾਈਆਂ ਤੇ ਸਾਰੇ ਪੈਸੇ ਲੱਗ ਗਏ ਕੋਈ ਨੀ ਅੱਲਾ ਪਾਕ ਕਰਮ ਕਰੇਗਾ ਅੰਮੀ ਦੀ ਤਬੀਅਤ ਬਿਲਕੁਲ ਠੀਕ ਹੈਗੀ ਬਿਜਲੀ ਜਿਹੜੀ ਨਾ ਬਹੁਤ ਜ਼ਿਆਦਾ ਖਰਚ ਹੁੰਦੀ ਹੈਗੀ 20,000-22,000 ਅੱਬੂ ਨੂੰ ਬਿੱਲ ਆਉਂਦਾ ਹੈਗਾ ਹਕੀਕਤ ਹੈ ਤੇ ਬੜਾ ਨਾ ਕੰਮ ਖਰਾਬ ਅੱਬੂ ਨੂੰ ਇਹ ਦੱਸੀ ਜਾਂਦਾ 20,000 ਰੁਪਏ ਬਿੱਲ ਨੇ ਤਕਰੀਬਨ ਸਲੇਟ ਸਮੇਤ ਤੇਰਾ 19,000-18,000 ਛੋਟਾ ਪੰਖਾ ਹਵਾ ਦਾ ਥੋੜਾ ਦਿੰਦਾ ਨਹੀਂ ਉਹ ਜ਼ਿਆਦਾ ਕਰੰਟ ਦਿੰਦੀ ਹੈ ਨਹੀਂ ਨਾਲ ਬੰਦਾ ਲਾਲ ਹਾਂ ਕੰਟਰੋਲਰ ਨਾਲ ਬੰਦਾ ਲਾਲ ਓਨਾ ਹੀ ਉਹ ਤਾਂ ਸਸਤਾ ਹੁੰਦਾ ਬਿਲਕੁਲ ਯੂਪੀਐਸ ਬੜਾ ਮਹਿੰਗਾ ਹੈਗਾ ਆਟੋਮੈਟਿਕ ਸਾਰਾ ਕੰਮ ਹੋਇਆ ਹੁੰਦਾ ਬਿਜਲੀ ਆਈ ਤਾਂ ਬਿਜਲੀ ਤੇ ਚੱਲ ਗਿਆ ਕਰੇਗਾ ਜੀ ਉਹ ਦੁਸਤ ਚੱਲ ਗਿਆ ਅੱਬੂ ਉਹੀ ਲਵਾਨੇ ਆ ਤੇਰੇ ਵਾਸਤੇ ਉਹੀ ਅਰੇਂਜ ਕਰਨੇ ਆ ਅਸੀਂ ਨਾ 45,000 ਦਾ ਉਹ ਸੈਟਿੰਗ ਕਰਨੇ ਚਲੋ ਜੀ ਇਨਸ਼ਾਅੱਲਾ ਅੱਬੂ ਜੀ ਬਸ ਆਪਾਂ ਨੂੰ ਮੁੜ ਕਿਹੜੀ ਜ਼ਰੂਰਤ ਹੈਗੀ ਮਤਲਬ ਉਹ ਵੱਖਰੇ ਲਵਣ ਦੀ ਅਲੱਗ ਤੇ ਉਹ ਅਲੱਗ ਵਾਰਡ ਹੈ ਹਾਂ ਬਿਲਕੁਲ ਹਾਂ 580 ਵਾਰਡ ਦੀ ਸਾਡਾ ਤਾਂ ਖਰਚਾ ਬਹੁਤ ਜ਼ਿਆਦਾ ਹੈਗਾ ਸਾਹਮਣੇ ਤੇ ਆਪਾਂ ਚੱਲੀਏ ਘਰ ਕਿਉਂਕਿ ਘਰੋਂ ਫੋਨ ਆ ਰਹੇ ਹੈਗੇ ਨੇ ਅਸਨ ਮਾਈ ਤੇ ਬੇਗਮ ਸਾਹਿਬ ਇਹਨਾਂ ਦੋਵਾਂ ਜਾਣਾ ਹੈਗਾ ਉੱਥੇ ਦਾਵਤ ਖਾਣ ਠੀਕ ਹੈ ਨਾ ਯਾਰ ਉਹਨਾਂ ਬਾਰ ਬਾਰ ਉਹਨਾਂ ਆਖਿਆ ਉਹਨਾਂ ਕਿ ਤੁਹਾਡੀ ਦਾਵਤ ਹੈਗੀ ਠੀਕ ਹੈ ਨਾ ਪਰ ਤੁਸੀਂ ਹੋਇਆ ਅਜੇ ਮਤਲਬ 10 ਮਿੰਟ ਨਾ ਉਹਨਾਂ ਅੱਛਾ ਨਹੀਂ ਲੱਗਦਾ ਹੈਗਾ ਬਾਕੀ ਚੱਲਦੇ ਹਾਂ ਘਰ
ਜਾ ਕੇ ਚੱਲੇ ਹਾਂ ਘਰ ਜਾ ਕੇ ਅਤੇ ਫਿਰ ਭੈਣਾਂ ਭਾਈਆਂ ਨੂੰ ਸ਼ੇਅਰ ਕਰਾਂਗੇ, ਕਿਉਂਕਿ ਸਾਡਾ ਨਾ ਪੈਟਰੋਲ ਹੀ ਹੁਣ ਖਤਮ ਹੋਇਆ ਖੁੱਲਦਾ ਹੈਗਾ, ਜੰਪਾਂ 'ਤੇ ਮੋਟਰਸਾਈਕਲ ਹੋ ਗਿਆ ਅਸਲ ਜੰਪਾਂ 'ਤੇ ਹੋ ਗਿਆ ਮੋਟਰਸਾਈਕਲ 'ਤੇ ਬਾਕੀ ਜੀ ਇੱਥੇ ਘਰ ਪਹੁੰਚਿਆ ਸਾਨੂੰ ਨਾ ਰੇੜ ਕੇ ਚੜਾਉਣਾ ਪਿਆ ਖੋਤਾ ਮੋਟਰਸਾਈਕਲ, ਆਵਾਂ ਕਿ ਚੜਾ ਲੇਗਾ ਪਿੱਛਾ ਇੱਕ ਵਾਰ ਜਾਣ ਦੇ, ਇੱਕ ਵਾਰ ਪਿੱਛੇ ਜਾਣ ਦੇ, ਇੱਥੋਂ ਜ਼ੋਰ ਨਾ ਇਸ ਸਾਈਡ ਤੋਂ ਚੜਾ ਲਾ ਰੈਂਪ ਤੂੰ, ਇੱਥੇ ਰੈਂਪ ਬਣਵਾਉਂਦੇ ਹਾਂ ਯਾਰ ਨਾ ਅੱਗੇ ਸਲੇਟਾਂ ਵਗੈਰਾ, ਧਿਆਨ ਨਾ ਧਿਆਨ ਨਾ ਧਿਆਨ ਨਾ ਧਿਆਨ ਨਾ ਚੱਲ ਜਵਾਨ ਬੰਦਾ ਕੁਛ ਨਹੀਂ ਹੁੰਦਾ ਤੈਨੂੰ, ਇੱਥੇ ਇੱਥੇ ਅੱਗੇ ਲਿਆ ਹਾਂ ਉਹ ਫਿਰ ਸੋਲੰਗ ਪੱਟ ਕੇ ਨਾ ਥੱਲੇ ਟਰਾਲੀਆਂ ਮਿੱਟੀ ਦੀ ਸਟਾਕ ਦੋ ਗਏ ਅਗਲੇ ਦਿਨ, ਮੈਂ ਕਿਹਾ ਇਨਸ਼ਾਲਾ ਸੋਲੰਗ ਉੱਚਾ ਕਰਨਾ ਅਗਲੇ ਦਿਨ, ਮੈਂ ਸੋਚ ਰਿਹਾ ਸੀ ਇਹੀ ਗੱਲ ਅਤੇ ਇਨਸ਼ਾਲਾ ਕਰਨੇ ਹਾਂ ਪੂਰੀ ਲਾਜ਼ਮੀ। ਬਾਕੀ ਘਰੇ ਪਹੁੰਚ ਆਏ ਹੈਗੇ, ਹਕੀਕਤ ਤਾਂ ਗਰਮੀ ਬਹੁਤ ਜ਼ਿਆਦਾ ਹੈਗੀ ਸੀ, ਹਾਲਾਂਕਿ ਮੋਟਰਸਾਈਕਲ ਹਵਾ ਵੀ ਲੱਗਦੀ ਆਈ ਹੈਗੀ ਲੇਕਿਨ ਗਰਮੀ ਫਿਰ ਵੀ ਬਹੁਤ ਜ਼ਿਆਦਾ ਹੈਗੀ ਸੀ, ਪਸੀਨੋ ਪਸੀਨੀ ਹੋ ਗਏ ਹੈਗੇ ਹਾਂ ਅਤੇ ਹਕੀਕਤ ਅੱਗੇ ਆਇਆ ਤਾਂ ਦਿਲ ਹੀ ਟੁੱਟ ਗਿਆ ਹੈਗਾ, ਕਿਉਂਕਿ ਆਪਣਾ ਨਾ ਥੋੜ੍ਹਾ ਲੈ ਕੇ ਆਇਆ ਸੀ ਚਾਰਾ ਬੱਕਰੀਆਂ ਵਾਸਤੇ ਅਤੇ ਹੁਣ ਬਿਲਕੁਲ ਨਾ ਖਤਮ ਹੋਇਆ ਪਿਆ ਚਾਰਾ, ਅਤੇ ਇਹਨਾਂ ਵਾਸਤੇ ਚਾਰਾ ਵੀ ਲੈ ਕੇ ਆਉਣਾ ਥੋੜ੍ਹਾ ਬਹੁਤਾ, ਕਿਉਂਕਿ ਭੁੱਖੀਆਂ ਖੜੀਆਂ ਹੈਗੀਆਂ ਨੇ ਅਤੇ ਬਹੁਤ ਜ਼ਿਆਦਾ ਸਖਤ ਗੁਨਾਹ ਹੈਗਾ, ਕਿਉਂਕਿ ਸੁਬਹ ਸੁਬਹ ਪਾਇਆ ਸੀ ਨਾ ਤਾਂ ਉਹ ਇਹਨਾਂ ਖਾ ਲਿਆ ਹੈਗਾ, ਥੋੜ੍ਹਾ ਥੋੜ੍ਹਾ ਪਿਆ ਤਾਂ ਹੈਗਾ ਲੇਕਿਨ ਇਹ ਤਾਜ਼ਾ ਤਾਜ਼ਾ ਖਾਂਦੀਆਂ ਹੈਗੀਆਂ ਨੇ, ਮੈਂ ਇਹਨਾਂ ਨੂੰ ਹਿਲਾ ਲਿਆ ਹੋਇਆ ਹੈਗਾ ਫਰੈਸ਼ ਚਾਰਾ ਖਾਵਣ 'ਤੇ ਚੱਲਦੇ ਹਾਂ, ਚੱਲ ਕੇ ਅਤੇ ਇਹਨਾਂ ਵਾਸਤੇ ਚਾਰਾ ਲੈ ਕੇ ਆਉਂਦੇ ਹਾਂ, ਸ਼ਰਟ ਪਾ ਲੈਂਦੇ ਹਾਂ, ਕਮੀਜ਼ ਉਤਾਰ ਦਿੰਦੇ ਹਾਂ, ਖਰਾਬ ਨਾ ਹੋ ਜਾਵੇ। ਠੀਕ ਹੈ ਜੀ, ਤਮਾਮ ਭੈਣਾਂ ਭਾਈ ਇਜਾਜ਼ਤ ਚਾਹੁੰਦਾ, ਇਨਸ਼ਾਅੱਲਾ ਕੱਲ੍ਹ ਦੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਆਪਣਾ ਢੇਰ ਸਾਰਾ ਖਿਆਲ ਰੱਖਣਾ ਔਰ ਦੁਆ ਮੈਂ ਯਾਦ ਰੱਖਣਾ। ਬਹੁਤ ਸ਼ੁਕਰੀਆ, ਥੈਂਕ ਯੂ।